ਹਫਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬਰਨਕੌਰ ਮਾਨ ਹਾਜ਼ਰ ਸਤਿ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂ ਐਸ ਏ ਟੀਵੀ ਭਾਰਤੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ ਅਮਰੀਕਾ ਚੈਚਵਨ ਵੀਜ਼ਾ ਤੇ ਮੋਹਰ ਲਗਾਉਣ ਦੀ ਸਿਫਾਰਿਸ਼ ਮਨਜ਼ੂਰ ਯੂ ਐਸ ਐਮਬੈਸੀ ਵਿੱਚ ਸਾਰੇ ਵਰਗਾਂ ਲਈ ਖੁੱਲੀਆਂ ਵੀਜ਼ਾ ਅਪੁਆਇੰਟਮੈਂਟ ਵਾਈਡਨ ਨੇ ਦੇਸ਼ ਵਿੱਚ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਕੀਤੀ ਸੀਮਿਤ ਅਮਰੀਕੀ ਸੈਨਟ ਵਿੱਚ ਗ੍ਰੀਨ ਕਾਰਡ ਸੋਧ ਬਿੱਲ ਪੇਸ਼ ਭਾਰਤ ਸਮੇਤ 80 ਲੱਖ ਪ੍ਰਵਾਸੀ ਰਹੇ ਹਨ ਉਡੀਕ ਯੂਐਸਸੀਆਈਐਸ ਨੇ ਗ੍ਰੀਨ ਕਾਰਡ ਦੇ ਨਵਿਨੀਕਰਨ ਲਈ ਗ੍ਰੀਨ ਕਾਰਡ ਦੀ ਅਵਧੀ ਨੂੰ 24 ਮਹੀਨਿਆਂ ਤੱਕ ਵਧਾਇਆ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਅਮਰੀਕਾ ਸਾਹਮਣੇ ਉਠਾਇਆ ਵੀਜ਼ਾ ਦੇਰੀ ਦਾ ਮੁੱਦਾ ਮਿਲਿਆ ਭਰੋਸਾ ਵੀਜ਼ਾ ਮਾਮਲੇ ਵਿੱਚ ਭਾਰਤ ਨਾਲ ਕਰ ਰਿਹਾ ਭੇਦਭਾਵ ਅਮਰੀਕਾ ਕੈਨੇਡਾ ਵੱਲੋਂ ਪੰਜਾਬ ਤੇ ਗੁਜਰਾਤ ਦੀ ਯਾਤਰਾ ਤੇ ਗਏ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੈਨੇਡਾ 'ਚ ਵਿਦੇਸ਼ੀ ਡਾਕਟਰਾਂ ਦਾ ਪੱਕੇ ਹੋਣਾ ਹੋਇਆ ਸੌਖਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੈਂਟ ਫਰੇਜ਼ਰ ਨੇ ਕੀਤਾ ਐਲਾਨ ਚੀਨ ਨੇ ਅਣਪਛਾਤੇ ਕਾਰਨਾ ਕਰਕੇ ਦੇਸ਼ ਭਰ ਵਿੱਚ 9000 ਤੋਂ ਜ਼ਿਆਦਾ ਉਡਾਣਾਂ ਕੀਤੀਆਂ ਰੱਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 8 ਅਕਤੂਬਰ ਤੱਕ ਬੰਦ ਦੁਬਈ ਉਡਾਣ ਦਾ ਸਮਾਂ ਵੀ ਬਦਲਿਆ ਏਅਰ ਇੰਡੀਆ ਦੇ ਸੀਨੀਅਰ ਨਾਗਰਿਕਾਂ ਵਿਦਿਆਰਥੀਆਂ ਲਈ ਝਟਕਾ ਕੰਪਨੀ ਨੇ ਛੋਟਾਂ 'ਚ ਕੀਤੀ ਘਟौती ਯੂਐਸ ਅਤੇ ਯੂਕੇ ਲਈ ਏਅਰ ਇੰਡੀਆ ਹਫਤੇ ਵਿੱਚ 20 ਹੋਰ ਵੱਧ ਉਡਾਣਾ ਕਰੇਗੀ ਸ਼ੁਰੂ ਤੁਸੀਂ ਦੇਖ ਰਹੇ ਆ ਇਮੀਗ੍ਰੇਸ਼ਨ ਅਪਡੇਟ ਹਫਤੇ ਪਰ ਦੇ ਨਾਲ ਜੁੜੀਆਂ ਹੋਈਆਂ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਖਬਰਾਂ ਸ਼ੁਰੂਆਤ ਕਰਦੇ ਆ ਅਮਰੀਕਾ ਤੋਂ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਤੇ ਰਾਸ਼ਟਰਪਤੀ ਦੇ ਇੱਕ ਕਮਿਸ਼ਨ ਨੇ ਅਮਰੀਕਾ ਚ H1B ਵੀਜ਼ਾ ਤੇ ਮੋਹਰ ਲਗਾਉਣ ਦੇ ਸਿਫਾਰਿਸ਼ ਨੂੰ ਸਰਬ ਸੰਪਤੀ ਨਾਲ ਪਾਸ ਕਰ ਦਿੰਦਾ ਹੈ ਜੇਕਰ ਰਾਸ਼ਟਰਪਤੀ ਜੋ ਵਾਈਡਨ ਇਸ ਨੂੰ ਮਨਜ਼ੂਰੀ ਦਿੰਦੇ ਨੇ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਖਾਸ ਹੁਨਰਤ ਵਾਲੇ ਪੇਸ਼ੇਵਰਾਂ ਵਿੱਚ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਆਗਿਆ ਦਿੰਦਾ ਹੈ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਨ ਲਈ ਇਸ ਤੇ ਨਿਰਭਰ ਰਹਿੰਦੀਆਂ ਨੇ ਮੌਜੂਦਾ ਪ੍ਰਕਿਰਿਆ ਲਈ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ਵਿੱਚ ਕੰਮ ਕਰਨ ਲਈ ਆਪਣੇ ਦੇਸ਼ ਵਿੱਚ ਅਮਰੀਕੀ ਕੌਂਸੂਲੇਟ ਜਾਂ ਦੂਤਵਾਸ ਵਿੱਚ ਵੀਜ਼ਾ ਤੇ ਮੋਹਰ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ ਏਸ਼ੀਆਈ ਅਮਰੀਕੀ ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ H1B ਵੀਜ਼ਾ ਪ੍ਰਾਪਤ ਕਰਨ ਜਾਂ ਉਸਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਵੱਡੀ ਗਿਣਤੀ ਵਿੱਚ ਲੋਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਭਾਰਤ ਵਰਗੇ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਲੰਬਤ ਨੇ ਅਤੇ ਉੱਥੇ ਮੌਜੂਦ ਸਮੇਂ ਵਿੱਚ ਉਡੀਕ ਦਾ ਸਮਾਂ 1 ਸਾਲ ਤੋਂ ਜ਼ਿਆਦਾ ਹੈ ਕਮਿਸ਼ਨ ਦੇ ਮੈਂਬਰ ਭਾਰਤੀ ਅਮਰੀਕੀ ਨਾਗਰਿਕ ਜੈਨ ਪਟੋਰੀਆ ਨੇ H1B ਵੀਜ਼ਾ ਤੇ ਮੋਹਰ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਪ੍ਰਿਟੋਰੀਆ ਨੇ ਬੈਠਕ ਵਿੱਚ ਕਮਿਸ਼ਨ ਦੇ ਮੈਂਬਰਾਂ ਨੂੰ ਕਿਹਾ ਸਾਡੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਅਨੁਸਾਰ H1B ਵੀਜ਼ਾ ਧਾਰਕਾਂ ਨੂੰ ਇੱਥੇ ਅਮਰੀਕਾ 'ਚ ਰਹਿਣ ਅਤੇ ਸਾਡੀ ਆਰਥਿਕਤਾ, ਨਵੀਨਤਾ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ H1B ਵੀਜ਼ਾ ਧਾਰਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਅਤੇ ਕਈ ਵਾਰ ਉਹਨਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੇ ਹਾਲਾਤ ਵੀ ਹੁੰਦੇ ਨੇ ਜਦੋਂ ਕਈ ਲੋਕ ਜਿਨ੍ਹਾਂ ਦੇ ਮਾਤਾ-ਪਿਤਾ ICU ਵਿੱਚ ਦਾਖਲ ਹੁੰਦੇ ਨੇ ਜਾਂ ਗੰਭੀਰ ਹਾਲਤ ਵਿੱਚ ਹੁੰਦੇ ਨੇ ਜਾਂ ਕਿਸੇ ਦੇ ਸਰਪ੍ਰਸਤ ਦੀ ਮੌਤ ਹੋ ਜਾਂਦੀ ਹੈ ਪਰ ਉਹ ਵਾਪਸ ਨਹੀਂ ਜਾ ਪਾਉਂਦੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਹਨਾਂ ਦੇ ਦੇਸ਼ ਵਿੱਚ ਵੀਜ਼ਾ ਅਰਜ਼ੀ اٹਕੀ ਨਾ ਰਹਿ ਜਾਏ। ਪਟੋਰੀਆ ਨੇ ਕਿਹਾ ਭਾਰਤ ਵਿੱਚ ਵੀਜ਼ਾ ਪ੍ਰਾਪਤ ਕਰਨ ਲਈ ਉਡੀਕ ਦੀ ਮਿਆਦ 844 ਦਿਨ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਹੋਰ ਕਈ ਦੇਸ਼ ਵੀ ਇਹੋ ਸਥਿਤੀ 'ਚ ਨੇ। ਇਸ ਲਈ ਉਹਨਾਂ ਦੇ ਵੀਜ਼ੇ 'ਤੇ ਮੋਰ ਨਹੀਂ ਲੱਗਦੀ ਅਤੇ ਉਹ ਫਸ ਜਾਂਦੇ ਨੇ। ਭਾਰਤੀ ਮੂਲ ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਨੇ ਕਿਹਾ ਕਿ ਇਹ ਪਰਿਵਾਰ ਤੋਂ ਵੱਖ ਹੋਣ ਅਤੇ H1B ਵੀਜ਼ਾ ਤਾਰਿਕ ਦੀ ਇਜ਼ਦਤ ਆ ਬੋਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਾਲ 2023 ਦੇ ਬਜਟ ਲਈ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਿਤ ਰੱਖਣ ਦਾ ਬੁੱਧਵਾਰ ਨੂੰ ਟੀਚਾ ਰੱਖਿਆ ਜਦੋਂ ਕਿ ਸ਼ਰਨਾਰਥੀਆਂ ਦੀ ਹਮਾਇਤ ਕਰਨ ਵਾਲੇ ਲਗਾਤਾਰ ਰਾਸ਼ਟਰਪਤੀ ਤੇ ਇਸ ਨੂੰ ਸੰਖਿਆ ਵਧਾਉਣ ਦੇ ਲਈ ਦਬਾਅ ਪਾ ਰਹੇ ਨੇ ਸ਼ਰਨਾਰਥੀਆਂ ਦੇ ਹਮਾਇਤੀ ਯੂਐਸ ਰੈਫਿਊਜੀ ਐਡਮਿਸ਼ਨ ਪ੍ਰੋਗਰਾਮ ਨੂੰ ਬਾਹਰ ਕਰਨ ਲਈ ਬਾਈਡਨ ਪ੍ਰਸ਼ਾਸਨ ਤੇ ਹੋਰ ਕਦਮ ਚੁੱਕਣ ਦਾ ਦਬਾਅ ਪਾ ਰਹੇ ਨੇ ਸਾਪ ਦਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੇ ਤਹਿਤ ਭਾਰੀ ਕਟੌਤੀ ਕੀਤੀ ਸੀ ਜਿਸ ਨਾਲ ਦੇਸ਼ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਘਟ ਗਈ ਸੀ ਅਗਸਤ ਵਿੱਚ ਹਾਲੀਆ ਗਿਣਤੀ ਅਨੁਸਾਰ ਵਾਈਡਨ ਨੇ ਇਸ ਸਾਲ ਇਸ ਸੰਖਿਆ ਨੂੰ 4 ਗੁਣਾ ਤੱਕ ਵਧਾ ਦਿੱਤਾ ਪਰ ਇਸ ਬਜਟ ਸਾਲ ਵਿੱਚ ਹੁਣ ਤੱਕ 20000 ਤੋਂ ਘੱਟ ਸ਼ਰਨਾਰਥੀਆਂ ਨੂੰ ਹੀ ਸਵੀਕਾਰ ਕੀਤਾ ਗਿਆ ਮੌਜੂਦਾ ਬਜਟ ਸਾਲ 30 ਸਤੰਬਰ ਨੂੰ ਖਤਮ ਹੋ ਰਿਹਾ ਲੂਥਰਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਸਰਵਿਸ ਦੀ ਮੁਖੀ ਕ੍ਰਿਸ ਉਮਾਰਾ ਨੇ ਕਿਹਾ ਹੈ ਕਿ ਵਾਈਡਨ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਦੇ 10 ਕਰੋੜ ਲੋਕਾਂ ਦੇ ਵਿਸਥਾਪਨ ਸੰਬੰਧੀ ਰਿਪੋਰਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕੀ ਸ਼ਰਨਾਰਥੀ ਪ੍ਰੋਗਰਾਮ ਵਿੱਚ ਸੁਧਾਰ ਕਰਨ ਲਈ ਹੋਰ ਕੰਮ ਕਰਨਾ ਚਾਹੀਦਾ ਹੈ। ਅਮਰੀਕੀ ਸੈਨੇਟ ਵਿੱਚ ਚਾਰ ਸੀਨੀਅਰ ਡੈਮੋਕ੍ਰੇਟ ਸੈਨੇਟਰਾਂ ਨੇ ਬੁੱਧਵਾਰ ਨੂੰ ਗ੍ਰੀਨ ਕਾਰਡ ਵੀਜ਼ਾ ਤੇ ਇਮੀਗ੍ਰੇਸ਼ਨ ਕਾਨੂੰਨ ਨਵਿਆਉਣ ਵਾਲਾ ਬਿੱਲ ਪੇਸ਼ ਕੀਤਾ। ਇੱਕ ਵਾਰ ਫਿਰ ਇਸ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਭਾਰਤ ਸਮੇਤ 80 ਲੱਖ ਪ੍ਰਵਾਸੀਆਂ ਦਾ ਸੁਪਨਾ ਪੂਰਾ ਹੋਣਾ ਹੈ ਜਿਨ੍ਹਾਂ ਵਿੱਚ H1B ਵੀਜ਼ਾ ਤੇ ਲੰਬੇ ਸਮੇਂ ਦੇ ਵੀਜ਼ਾ ਵੀ ਸ਼ਾਮਲ ਨੇ ਪ੍ਰਸਤਾਵਿਤ ਬਿੱਲ ਦੇ ਮੁਤਾਬਕ ਅਮਰੀਕਾ ਵਿੱਚ ਘੱਟੋ ਘੱਟ 7 ਸਾਲਾਂ ਤੋਂ ਲਗਾਤਾਰ ਰਹਿ ਰਹੇ ਪ੍ਰਵਾਸੀ ਅਰਜ਼ੀ ਦੇਣ ਦੇ ਸਥਾਈ ਨਿਵਾਸ ਦਾ ਅਧਿਕਾਰ ਪ੍ਰਾਪਤ ਕਰ ਸਕਣਗੇ ਡੈਮੋਕ੍ਰੇਟ ਸੈਨੇਟਰ ਐਲੈਕਸ ਪੈਡੇਲਾ ਨੇ ਬੁੱਧਵਾਰ ਨੂੰ ਇਮੀਗ੍ਰੇਸ਼ਨ ਨਵੀਨੀਕਰਨ ਬਿੱਲ ਪੇਸ਼ ਕੀਤਾ ਬਿੱਲ ਪੇਸ਼ ਕਰਨ ਵਾਲੇ ਹੋਰ ਤਿੰਨ ਸੈਨੇਟਰਾਂ ਨੇ ਕਿਹਾ ਕਿ ਸਾਡਾ ਪੁਰਾਣਾ ਇਮੀਗ੍ਰੇਸ਼ਨ ਕਾਨੂੰਨ ਅਣਗਿਣਤ ਪ੍ਰਵਾਸੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਿਹਾ ਇਸ ਦਾ ਅਸਰ ਅਮਰੀਕੀ ਅਰਥਵਿਵਸਥਾ ਤੇ ਪੈ ਰਿਹਾ ਵਰਣਨ ਯੋਗ ਹੈ ਕਿ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਸਥਾਈ ਨਿਵਾਸ ਦਾ ਅਧਿਕਾਰ ਮਿਲਦਾ ਹੈ ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਪੇਸ਼ੇਵਰ ਅਤੇ ਹੋਰ ਲੋਕ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ ਗ੍ਰੀਨ ਕਾਰਡ ਨਿਯਮਾਂ ਵਿੱਚ ਆਖਰੀ ਵਾਰ 1986 ਵਿੱਚ ਸੋਧ ਕੀਤੀ ਗਈ ਸੀ ਉਸ ਤੋਂ ਬਾਅਦ ਇਸ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਮਤਲਬ ਹੈ ਸਥਾਨਕ ਨਿਵਾਸੀ ਹੋਣ ਦਾ ਪ੍ਰਮਾਣ ਪੱਤਰ ਇਸ ਨੂੰ ਅਧਿਕਾਰਤ ਤੌਰ ਤੇ ਸਥਾਈ ਨਿਵਾਸੀ ਕਾਰਡ ਵੀ ਕਿਹਾ ਜਾਂਦਾ ਹੈ ਇਹ ਭਾਰਤ ਦਸਤਾਵੇਜ਼ ਸਿਰਫ ਉਹਨਾਂ ਪ੍ਰਵਾਸੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਅਮਰੀਕਾ 'ਚ ਪੱਕੇ ਤੌਰ ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਹੈ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ 26 ਸਤੰਬਰ ਤੋਂ ਪ੍ਰਭਾਵੀ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਸਥਾਈ ਨਿਵਾਸੀ ਕਾਰਡ ਜਿਸ ਨੂੰ ਗ੍ਰੀਨ ਕਾਰਡ ਵੀ ਕਿਹਾ ਜਾਂਦਾ ਹੈ ਦੀ ਆਵਦੀ ਨੂੰ ਆਪਣੇ ਆਪ 24 ਮਹੀਨਿਆਂ ਤੱਕ ਵਧਾ ਦਿੱਤਾ ਹੈ ਜੋ ਫਾਰਮ I-90 ਸਥਾਈ ਨਿਵਾਸੀ ਕਾਰਡ ਨੂੰ ਬਦਲਣ ਲਈ ਅਰਜ਼ੀ ਦਾਇਰ ਕਰਦੇ ਨੇ ਉਹਨਾਂ ਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਗ੍ਰੀਨ ਕਾਰਡ ਖਤਮ ਹੋ ਗਿਆ ਹੈ ਉਹਨਾਂ ਨੂੰ 24 ਮਹੀਨਿਆਂ ਤੱਕ ਰੀਨਿਊ ਸਮਝਿਆ ਜਾਏਗਾ ਕਾਨੂੰਨੀ ਤੌਰ ਤੇ ਸਥਾਈ ਨਿਵਾਸੀ ਜੋ ਮਿਆਦ ਪੁੱਗਣ ਵਾਲੀ ਜਾਂ ਮਿਆਦ ਪੁੱਗ ਚੁੱਕੇ ਗ੍ਰੀਨ ਕਾਰਡ ਨੂੰ ਰੀਨਿਊ ਕਰਨ ਲਈ ਫਾਰਮ I-90 ਦਾ ਸਹੀ ਢੰਗ ਨਾਲ ਫਾਈਲ ਕਰਦੇ ਨੇ ਉਹ ਐਕਸਟੈਂਸ਼ਨ ਪ੍ਰਾਪਤ ਕਰ ਸਕਦੇ ਨੇ ਫਾਰਮ I-90 ਰਸੀਦ ਨੋਟਿਸਾਂ ਨੇ ਪਹਿਲਾਂ ਗ੍ਰੀਨ ਕਾਰਡ ਦੀ ਅਵਧੀ ਦਾ 12 ਮਹੀਨੇ ਦਾ ਵਾਅਦਾ ਪ੍ਰਦਾਨ ਕੀਤਾ ਸੀ USCIS ਨੇ ਨਵੇਂ ਦਾਇਰ ਕੀਤੇ ਫਾਰਮ I-90 ਵਾਲੇ ਵਿਅਕਤੀਆਂ ਲਈ ਗ੍ਰੀਨ ਕਾਰਡ ਦੀ ਅਵਧੀ ਨੂੰ 24 ਮਹੀਨਿਆਂ ਲਈ ਵਧਾਉਣ ਲਈ ਫਾਰਮ I-90 ਰਸੀਦ ਨੋਟਿਸ ਤੇ ਭਾਸ਼ਾ ਨੂੰ ਅਪਡੇਟ ਕੀਤਾ ਹੈ 26 ਸਤੰਬਰ ਨੂੰ USCIS ਨੇ ਲੰਬਿਤ ਫਾਰਮ I-90 ਵਾਲੀ ਵਿਅਕਤੀਆਂ ਲਈ ਸੋਦੇ ਹੋਏ ਰਸੀਦ ਨੋਟਿਸਾਂ ਨੂੰ ਛਾਪਨਾ ਸ਼ੁਰੂ ਕੀਤਾ ਹੈ। ਇਹ ਰਸੀਦ ਨੋਟਿਸ ਜਾਰੀ ਰਹਿਣ ਦੇ ਸਬੂਤ ਵਜੋਂ ਮਿਆਦ ਪੁੱਗ ਚੁੱਕੇ ਗ੍ਰੀਨ ਕਾਰਡ ਦੇ ਨਾਲ ਪੇਸ਼ ਕੀਤੇ ਜਾ ਸਕਦੇ ਨੇ। ਇਸ ਐਕਸਟੈਂਸ਼ਨ ਤੋਂ ਵਿਨੇਕਾਰਾਂ ਦੀ ਮਦਦ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਪ੍ਰੋਸੈਸਿੰਗ ਦੇ ਲੰਬੇ ਸਮੇਂ ਦਾ ਅਨੁਭਵ ਕਰਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਨਵਿਆਏ ਗ੍ਰੀਨ ਕਾਰਡ ਦੀ ਉਡੀਕ ਕਰਦੇ ਹੋਏ ਕਾਨੂੰਨੀ ਸਥਾਈ ਨਿਵਾਸੀ ਸਥਿਤੀ ਦਾ ਸਬੂਤ ਮਿਲੇਗਾ। ਜੇਕਰ ਤੁਹਾਡੇ ਕੋਲ ਹੁਣ ਆਪਣਾ ਗ੍ਰੀਨ ਕਾਰਡ ਨਹੀਂ ਹੈ ਅਤੇ ਤੁਹਾਨੂੰ ਆਪਣਾ ਬਦਲਿਆ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਉਡੀਕ ਕਰਦੇ ਹੋਏ ਆਪਣੀ ਕਾਨੂੰਨੀ ਸਥਾਈ ਨਿਵਾਸੀ ਸਥਿਤੀ ਦੇ ਸਬੂਤ ਦੀ ਲੋੜ ਹੈ ਤਾਂ ਤੁਸੀਂ ਯੂਐਸਸੀਆਈ ਸੰਪਰਕ ਨਾਲ ਸੰਪਰਕ ਕਰ ਸਕਦੇ ਹੋ ਇਸ ਕੇਂਦਰ ਨਾਲ ਇੱਕ ਯੂਐਸਸੀਆਈ ਫੀਲਡ ਆਫਿਸ ਵਿੱਚ ਮੁਲਾਕਾਤ ਲਈ ਬੇਨਤੀ ਵੀ ਕੀਤੀ ਜਾ ਸਕਦੀ ਹੈ ਅਤੇ ਇੱਕ ਪੱਤਰ ਜਾਰੀ ਕਰ ਸਕਦੇ ਹੋ ਤੁਹਾਡੇ ਦੁਆਰਾ ਫਾਰਮ I-90 ਫਾਈਲ ਕਰਨ ਤੋਂ ਬਾਅਦ ਐਲੀਨ ਦਸਤਾਵੇਜ਼ ਪਛਾਣ ਅਤੇ ਦੂਰ ਸੰਚਾਰ ਸਟੈਂਪ ਹੋਰ ਜਾਣਕਾਰੀ ਲਈ ਗ੍ਰੀਨ ਕਾਰਡ ਬਦਲ ਕੇ ਪੰਨੇ ਤੇ ਜਾਓ ਜਿੱਥੇ ਲਿਖਿਆ ਹੁੰਦਾ ਹੈ ਗ੍ਰੀਨ ਕਾਰਡ ਬਦਲੋ ਉਸ ਪੇਜ ਨੂੰ ਤੁਸੀਂ ਓਪਨ ਕਰਨਾ ਹੈ ਜੇਕਰ ਤੁਹਾਡਾ ਕੇਸ ਲੰਬਤ ਹੋਣ ਦੌਰਾਨ ਡਾਕ ਪਤਾ ਬਦਲ ਜਾਂਦਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਯੂ ਐਸ ਸੀ ਆਈ ਐਸ ਆਨਲਾਈਨ ਖਾਤੇ ਰਾਹੀਂ ਅਪਡੇਟ ਵੀ ਕਰੋ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਲਟਕਦੀਆਂ ਅਮਰੀਕੀ ਵੀਜ਼ਾ ਅਰਜ਼ੀਆਂ ਦਾ ਮੁੱਦਾ ਚੁੱਕਿਆ ਇਸਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਨੇ ਅਤੇ ਉਹਨਾਂ ਕੋਲ ਇਸ ਨੂੰ ਹੱਲ ਕਰਨ ਦੀ ਯੋਜਨਾ ਹੈ ਬਲਿੰਕਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਅਰਜ਼ੀਆਂ ਦੇ ਲੰਬਤ ਹੋਣ ਲਈ ਕੋਵਿਡ-19 ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਮਹਾਮਾਰੀ ਕਾਰਨ ਮਾਰਚ 2020 ਵਿੱਚ ਅਮਰੀਕਾ ਦੁਆਰਾ ਦੁਨੀਆ ਭਰ ਚ ਲਗਭਗ ਸਾਰੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਰੋਕਣ ਤੋਂ ਬਾਅਦ ਯੂਐਸ ਵੀਜ਼ਾ ਸੇਵਾਵਾਂ ਨੂੰ ਹੁਣ ਲੰਬਤ ਅਰਜ਼ੀਆਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੋਵਾਂ ਵਿਦੇਸ਼ ਮੰਤਰੀਆਂ ਨੇ ਇੱਥੇ ਕਰੀਬ 1 ਘੰਟੇ ਤੱਕ ਮੁਲਾਕਾਤ ਕੀਤੀ ਬੈਠਕ ਤੋਂ ਬਾਅਦ ਇੱਥੇ ਵਿਦੇਸ਼ ਮੰਤਰਾਲਾ ਦੇ ਫੋਗੀ ਵਾਟਮ ਹੈੱਡਕੁਆਰਟਰ ਤੇ ਬਲਿੰਕਨ ਨਾਲ ਮੀਡੀਆ ਨਾਲ ਗੱਲ ਕਰਦੇ ਹੋਏ ਜੈ ਸ਼ੰਕਰ ਨੇ ਕਿਹਾ ਕਿ ਪ੍ਰਤਿਭਾ ਨੂੰ ਵਿਕਸਿਤ ਕਰਨਾ ਅਤੇ ਉਹਨਾਂ ਦੀ ਆਵਾਜ਼ਾਈ ਨੂੰ ਸੁਵਿਧਾਜਨਕ ਬਣਾਉਣਾ ਵੀ ਸਾਡੇ ਆਪਸੀ ਹਿੱਤ ਵਿੱਚ ਹੈ ਅਸੀਂ ਇਸ ਗੱਲ ਤੇ ਸਹਿਮਤ ਹੋયા ਕਿ ਇਸ ਵਿੱਚ ਰੁਕਾਵਟ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਵੀਜ਼ਾ ਅਰਜ਼ੀਆਂ ਵਿੱਚ ਦੇਰੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਬਲਿੰਕਨ ਨੇ ਕਿਹਾ ਕਿ ਸਾਡੇ ਨਾਲ ਤੁਸੀਂ ਵੀ ਥੋੜਾ ਸਬਰ ਰੱਖੋ ਇਹ ਅਗਲੇ ਕੁਝ ਮਹੀਨਿਆਂ ਵਿੱਚ ਸੁਚਾਰੂ ਹੋ ਜਾਏਗਾ ਅਸੀਂ ਇਸ ਤੇ ਬਹੁਤ ਧਿਆਨ ਦੇ ਰਹੇ ਹਾਂ ਅਤੇ ਉਹਨਾਂ ਨੇ ਕਿਹਾ ਕਿ ਵੀਜ਼ਾ ਦੇ ਸਵਾਲ ਤੇ ਮੈਂ ਇਸ ਬਾਰੇ ਬਹੁਤ ਸੰਵੇਦਨਸ਼ੀਲਾ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਦਿੱਤੇ ਗਏ H1B ਅਤੇ ਹੋਰ ਵਰਕ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਦਾ ਵੱਡਾ ਹਿੱਸਾ ਭਾਰਤੀ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਟੈਕਨੋਲੋਜੀ ਖੇਤਰ ਨਾਲ ਸੰਬੰਧਿਤ ਨੇ H1B ਵੀਜ਼ਾ ਤਾਂ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਟੈਕਨੋਲੋਜੀ ਵਿੱਚ ਬਾਹਰ ਵਿਸ਼ੇਸ਼ ਕਮਾਲੀ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਆਗਿਆ ਦਿੰਦਾ ਹੈ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਹਾਲਾਂਕਿ ਜੈ ਸ਼ੰਕਰ ਨੇ H1B ਵੀਜ਼ਾ ਦਾ ਖਾਸ ਤੌਰ ਤੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਆਵਾਜਾਈ ਖਾਸ ਤੌਰ ਤੇ ਵੀਜ਼ਾ ਸਿੱਖਿਆ ਕਾਰੋਬਾਰ ਟੈਕਨੋਲੋਜੀ ਅਤੇ ਪਰਿਵਾਰ ਦੇ ਪੁਨਰ ਇਕੀਕਰਨ ਲਈ ਆਪਣੀ ਕੇਂਦਰਤਾ ਤੇ ਮੱਦੇ ਨਜ਼ਰ ਵਿਸ਼ੇਸ਼ ਤੌਰ ਤੇ ਜ਼ਰੂਰੀ ਹੈ ਤੁਸੀਂ ਦੇਖ ਰਹੀ ਹੋ ਇਮੀਗ੍ਰੇਸ਼ਨ ਅਪਡੇਟ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਦੇਸ਼ ਵਿੱਚ ਪਹੁੰਚੇ ਹੋਏ ਵਿਦੇਸ਼ੀ ਡਾਕਟਰਾਂ ਲਈ ਐਕਸਪ੍ਰੈਸ ਐਂਟਰੀ ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਰਾਹੀਂ ਪੱਕੀ ਇਮੀਗ੍ਰੇਸ਼ਨ ਲੈਣਾ ਆਸਾਨ ਕਰਨ ਦਾ ਐਲਾਨ ਕੀਤਾ ਹੁਣ ਤੱਕ ਕੈਨੇਡਾ 'ਚ ਆਪਣੇ ਤੌਰ ਤੇ ਡਾਕਟਰੀ ਕਰਦੇ ਵਿਦੇਸ਼ੀਆਂ ਨੂੰ ਅਪਲਾਈ ਕਰਨ ਦਾ ਮੌਕਾ ਨਹੀਂ ਮਿਲਦਾ ਸੀ ਅਤੇ ਡਾਕਟਰੀ ਦੇ ਕਿਤੇਛ ਹਸਪਤਾਲਾਂ ਜਾਂ ਕਲੀਨਿਕਾਂ 'ਚ ਨੌਕਰੀ ਕਰਦੇ ਡਾਕਟਰੀ ਪੱਕੇ ਹੋ ਸਕਦੇ ਸੀ ਫਰੇਜ਼ਰ ਨੇ ਕਿਹਾ ਕਿ ਹੁਣ ਆਪਣੇ ਤੌਰ ਤੇ ਪ੍ਰੈਕਟਿਸ ਕਰਦੇ ਡਾਕਟਰ ਵੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਲਈ ਯੋਗ ਮੰਨੇ ਜਾਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਮਰੀਜ਼ਾਂ ਦੀ ਦੇਖਭਾਲ ਵਾਸਤੇ ਮੈਡੀਕਲ ਸਟਾਫ ਦੀ ਘਾਟ ਹੈ ਜਿਸ ਕਰਕੇ ਵਿਦੇਸ਼ੀ ਡਾਕਟਰ ਅਤੇ ਨਰਸਾਂ ਦੀ ਜ਼ਰੂਰਤ ਹੈ ਕੈਨੇਡਾ ਪਰ ਵਿੱਚ ਇਸ ਸਮੇਂ ਤਕਰੀਬਨ 10 ਲੱਖ ਨੌਕਰੀਆਂ ਵਾਸਤੇ ਕਾਮਿਆਂ ਦੀ ਲੋੜ ਹੈ ਇਮੀਗ੍ਰੇਸ਼ਨ ਮੰਤਰਾਲੇ ਦੇ ਬੁਲਾਰੇ ਦੇ ਅਨੁਸਾਰ ਸਾਲ 2022 ਦੌਰਾਨ ਹੁਣ ਤੱਕ ਸਿਹਤ ਸੇਵਾਵਾਂ ਦੇ ਕਿੱਤਿਆਂ ਲਈ ਵਿਦੇਸ਼ ਕਾਮਿਆਂ ਨੂੰ 8600 ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਜਾ ਚੁੱਕੇ ਨੇ ਕੈਨੇਡਾ ਨੇ ਭਾਰਤ ਯਾਤਰਾ ਲਈ ਸੋਦੀ ਹੋਈ ਐਡਵਾਈਜ਼ਰੀ ਜਾਰੀ ਕਰਦਿਆਂ ਆਪਣੇ ਨਾਗਰਿਕਾਂ ਨੂੰ ਪੰਜਾਬ, ਗੁਜਰਾਤ ਅਤੇ ਰਾਜਸਥਾਨ ਅਤੇ ਕੁਝ ਹੋਰ ਨਾਂ ਸੂਬਿਆਂ ਵਿੱਚ ਸਫ਼ਰ ਕਰਨ ਮੌਕੇ ਵਧੇਰੇ ਚੌਕਸ ਰਹਿਣ ਦੀ ਇਸ ਹਫ਼ਤੇ ਸਲਾਹ ਦਿੱਤੀ ਹੈ। ਕੈਨੇਡਾ ਨੇ ਇਹ ਸਲਾਹ ਅਜਿਹੇ ਮੌਕੇ ਦਿੱਤੀ ਹੈ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਲੰਘੇ ਦੀ ਨਹੀਂ ਕੈਨੇਡਾ ਰਹਿੰਦੇ ਆਪਣੇ ਨਾਗਰਿਕਾਂ ਨੂੰ ਉੱਥੇ ਵਧੇ ਨਫ਼ਰਤ ਦੇ ਅਪਰਾਧ, ਹਿੰਸਾ ਅਤੇ ਹੋਰ ਭਾਰਤ ਵਿਰੋਧੀ ਸਰਗਰਮੀਆਂ ਦੇ ਹਵਾਲੇ ਨਾਲ ਚੌਕਸ ਰਹਿਣ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ। ਸੋਦੀ ਹੋਈ ਸਲਾਹ ਵਿੱਚ ਕੈਨੇਡੀਆਈ ਨਾਗਰਿਕਾਂ ਨੂੰ ਦਹਿਸ਼ਤਈ ਘਟਨਾਵਾਂ ਦੇ ਹਵਾਲੇ ਨਾਲ ਅਸਾਮ, ਮਨੀਪੁਰ, ਜੰਮੂ ਕਸ਼ਮੀਰ ਤੇ ਲਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਕੈਨੇਡੀਆਈ ਸਰਕਾਰ ਨੇ ਗੁਜਰਾਤ, ਪੰਜਾਬ ਤੇ ਰਾਜਸਥਾਨ ਜਿਨ੍ਹਾਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਵਿੱਚ ਤਮਾਕੇ ਖੇਜ਼ ਸਮੱਗਰੀ ਦੇ ਨਾਲ ਬਾਰੂਦੀ ਸਰੰਗਾਂ ਵਿਸ਼ਿਆ ਹੋਣ ਦਾ ਖਦਸ਼ਾ ਪ੍ਰਗਟਾ ਦਿੱਤਾ ਤੇ ਆਪਣੇ ਨਾਗਰਿਕਾਂ ਦੇ ਲਈ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ ਹੁਣ ਗੱਲ ਕਰਦੇ ਆ ਅਮਰੀਕਾ ਦੀਆਂ ਵੀਜ਼ਾ ਅਪਾਇੰਟਮੈਂਟਸ ਦੀ ਜੀ ਹਾਂ ਭਾਰਤੀਆਂ ਨੂੰ ਅਮਰੀਕਾ ਦੀ ਵੀਜ਼ਾ ਅਪਾਇੰਟਮੈਂਟ ਮਿਲਣੀ ਔਖੀ ਹੋ ਚੁੱਕੀ ਹੈ ਇਸ ਦੇ ਚਲਦਿਆਂ ਦਿੱਲੀ ਵਿੱਚ ਵਿਜ਼ਟਰ ਵੀਜ਼ਾ ਦਾ 833 ਅਤੇ ਬੰਬਈ ਵਿੱਚ 848 ਦਿਨ ਹੈ ਜਦਕਿ ਚੀਨ ਵਿੱਚ ਇਸ ਦੇ ਲਈ ਕੇਵਲ 2 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਆਪਣੇ ਅਮਰੀਕੀ ਹਮਰਤਵਾ ਐਂਟੋਨੀ ਬਲਿੰਕਨ ਸਾਹਮਣੇ ਇਹ ਮੁੱਦਾ ਚੁੱਕਿਆ ਜਿਨ੍ਹਾਂ ਨੇ ਕੁਝ ਮਹੀਨੇ ਵਿੱਚ ਹਾਲਾਤ ਠੀਕ ਹੋਣ ਦੀ ਗੱਲ ਆਖੀ ਐਨੇ ਦਿਨ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ 10 ਦਿਨ ਦੇ ਅਮਰੀਕੀ ਦੌਰੇ ਤੇ ਚੱਲ ਰਹੇ ਨੇ ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਵੀਜ਼ੇ ਤੇ ਗੱਲ ਹੋਈ। ਬਲਿੰਕਨ ਨੇ ਮੰਨਿਆ ਕਿ ਵੀਜ਼ੇ ਦਾ ਮਾਮਲਾ ਗੰਭੀਰ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੇ ਮਾਮਲੇ ਵੱਧ ਰਹੇ ਨੇ। ਅਮਰੀਕੀ ਵਿਦੇਸ਼ ਮੰਤਰੀ ਨੇ ਵੀਜ਼ੇ ਵਿੱਚ ਦੇਰੀ ਦਾ ਮੁੱਖ ਕਾਰਨ ਕੋਰੋਨਾ ਮਹਾਮਾਰੀ ਨੂੰ ਦੱਸਿਆ। ਨਾਲ ਹੀ ਭਰੋਸਾ ਦਿੱਤਾ ਕਿ ਕੁਝ ਮਹੀਨਿਆਂ ਵਿੱਚ ਹਾਲਾਤ ਠੀਕ ਹੋ ਜਾਣਗੇ। ਚੀਨ ਨੇ ਵੱਡੇ ਪੇਮਾਨੇ ਤੇ ਇਸ ਹਫਤੇ ਆਪਣੀਆਂ ਉਡਾਣਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਫਲਾਈਟ ਰੱਦ ਹੋਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਦਾ ਇਪੋਚ ਟਾਈਮਜ਼ ਦੀ ਰਿਪੋਰਟ ਦੇ ਆਧਾਰ ਤੇ ਫਲਾਈਟ ਮਾਸਟਰ ਨੇ ਕਿਹਾ ਹੈ ਕਿ 21 ਸਤੰਬਰ ਨੂੰ ਦੇਸ਼ ਭਾਰਤ ਚ 9583 ਉਡਾਣਾਂ ਰੱਦ ਕੀਤੀਆਂ ਗਈਆਂ ਰੱਦ ਕੀਤੀਆਂ ਗਈਆਂ ਉਡਾਣਾਂ ਦਿੰਦੀਆਂ ਕੁੱਲ ਨਿਰਧਾਰਤ ਉਡਾਣਾਂ ਦਾ 89.64% ਸੀ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਫਲਾਈਟ ਮਾਸਟਰ ਦੇਸ਼ ਚ ਉਡਾਣ ਟਿਕਟ ਅਤੇ ਯਾਤਰਾ ਸੇਵਾਵਾਂ ਵਾਲੇ ਜਾਣਕਾਰੀ ਦੇ ਸੋਮੇ ਦੇ ਰੂਪ ਚ ਕਾਰਜ ਕਰਦਾ ਹੈ ਇਸ ਤੋਂ ਇਲਾਵਾ ਰਿਪੋਰਟਾਂ ਚ ਕਿਹਾ ਗਿਆ ਕਿ ਚੀਨ ਦੇ ਕੁਝ ਹਵਾਈ ਆਵਾਜਾਈ ਕੇਂਦਰਾਂ ਚ 50% ਤੋਂ ਜ਼ਿਆਦਾ ਉਡਾਣਾਂ ਰੱਦ ਕਰਨ ਦੀ ਰਿਪੋਰਟ ਸੀ 에어 ਫੋਰਸ ਦਿਵਸ ਦੀਆਂ ਹੋ ਰਹੀਆਂ ਤਿਆਰੀਆਂ ਦੇ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 8 ਅਕਤੂਬਰ ਤੱਕ ਬੰਦ ਰਹੇਗਾ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਨੋਟਿਸ ਦੇ ਅਨੁਸਾਰ 30 ਸਤੰਬਰ ਤੋਂ 8 ਅਕਤੂਬਰ ਤੱਕ ਹਵਾਈ ਅੱਡਾ ਸਵੇਰੇ 9 ਤੋਂ ਸਵੇਰੇ 10:30 ਵਜੇ ਤੱਕ ਦੁਪਹਿਰ 3 ਵਜੇ ਤੋਂ ਸ਼ਾਮ 5:30 ਵਜੇ ਤੱਕ ਬੰਦ ਰਹੇਗਾ। ਹਵਾਈ ਅੱਡੇ ਦੇ ਸੀਈਓ ਰਕੇਸ਼ ਆਰ ਸਹਾਇ ਨੇ ਦੱਸਿਆ ਕਿ ਹਵਾਈ ਫੌਜ ਵੱਲੋਂ 에ਅਰ ਫੋਰਸ ਦਿਵਸ ਦੀਆਂ ਤਿਆਰੀਆਂ ਕਾਰਨ ਦੁਪਹਿਰ ਤੱਕ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਹ ਜਾਣਕਾਰੀ 에ਅਰਲਾਈਨ ਕੰਪਨੀਆਂ ਨੂੰ ਦਿੱਤੀ ਗਈ ਹੈ। ਕੁਝ 에ਅਰਲਾਈਨਸ ਨੇ ਰੀਸ਼ਡਿਊਲ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਸ਼ਚਿਤ ਤੌਰ ਤੇ ਉਡਾਣਾਂ ਦੀ ਆਨਲਾਈਨ ਸਥਿਤੀ ਅੰਚਲ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਕੁਝ 에ਅਰਲਾਈਨਸ ਨੇ ਨਵਾਂ ਸ਼ਡਿਊਲ ਜਾਰੀ ਕੀਤਾ ਹੈ ਨੋਟਿਸ ਜਾਰੀ ਹੋਣ ਤੋਂ ਬਾਅਦ ਇੰਡੀਗੋ 에ਅਰਲਾਈਨਸ ਨੇ ਵੀ ਆਪਣੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਇਸ ਤਹਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਨੰਬਰ 6E55 ਨਿਰਧਾਰਤ ਸਮੇਂ ਤੋਂ 15 ਮਿੰਟ ਲੇਟ ਰਵਾਨਾ ਹੋਏਗੀ ਸ਼ੁੱਕਰਵਾਰ ਤੋਂ ਫਲਾਈਟ 6:35 ਤੇ ਟੇਕ-ਆਫ ਕਰੇਗੀ ਇਸ ਦੇ ਨਾਲ ਹੀ ਇੰਡੀਗੋ 에ਅਰਲਾਈਨਸ ਨੇ ਘਰੇਲੂ ਰਵਾਨਗੀ ਅਤੇ ਆਉਣ ਵਾਲੀਆਂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ ਟਾਟਾ ਸਮੂਹ ਦੀ 에ਅਰਲਾਈਨ 에ਅਰ ਇੰਡੀਆ ਨੇ ਸੀਨੀਅਰ ਨਾਗਰਿਕਾਂ ਅਤੇ ਇਕਨੋਮਿਕ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਬੇਸਿਕ ਕਿਰਾਏ ਦੀ ਛੋਟ ਨੂੰ ਅੱਧਾ ਕਰ ਦਿੱਤਾ ਹੈ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੇਸਿਕ ਕਿਰਾਏ ਵਿੱਚ ਸੋਧੀ ਹੋਈ ਛੋਟ 29 ਸਤੰਬਰ ਤੋਂ ਲਾਗੂ ਹੋ ਗਈ। ਹੁਣ ਤੱਕ 에ਅਰ ਇੰਡੀਆ ਇਹਨਾਂ ਦੋਵਾਂ ਸ਼੍ਰੇਣੀਆਂ 'ਚ 50% ਦੀ ਦੀ ਛੋਟ ਦੇ ਰਹੀ ਸੀ। 에ਅਰ ਇੰਡੀਆ ਦੀ ਵੈਬਸਾਈਟ ਤੇ ਮੌਜੂਦ ਜਾਣਕਾਰੀ ਦੇ ਮੁਤਾਬਕ ਸੀਨੀਅਰ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ 29 ਸਤੰਬਰ ਨੂੰ ਜਾਂ ਇਸ ਤੋਂ ਬਾਅਦ ਜਾਰੀ ਟਿਕਟਾਂ ਦੇ ਮੂਲ ਕਿਰਾਏ ਤੇ 25% ਦੀ ਛੋਟ ਮਿਲੇਗੀ ਇਹ ਛੋਟ ਇਕਨੋਮਿਕ ਕਾਬਨ ਵਿੱਚ ਚੁਣੀ ਗਈ ਬੁਕਿੰਗ ਸ਼੍ਰੇਣੀ ਤੇ ਉਪਲਬਧ ਹੋਏਗੀ ਟਾਟਾ ਸਮੂਹ ਨੇ ਇਸ ਸਾਲ 27 ਜਨਵਰੀ ਨੂੰ ਸਰਕਾਰ ਤੋਂ ਘਾਟੇ ਵਿੱਚ ਚੱਲ ਰਹੀ 에ਅਰ ਇੰਡੀਆ ਨੂੰ ਖਰੀਦਿਆ ਸੀ ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਨਿਸ਼ਾਨੇ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਕੀਤੀ। ਇਸ ਵਿੱਚ ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਬਰਮਿੰਗਮ, ਲੰਡਨ ਤੇ ਸੈਨ ਫਰਾਂਸਿਸਕੋ ਲਈ ਹਰ ਹਫਤੇ 20 ਵਾਧੂ ਉਡਾਣਾਂ ਦਾ ਐਲਾਨ ਕੀਤਾ। ਮਤਲਬ ਏਅਰ ਇੰਡੀਆ ਲੰਡਨ, ਬਰਮਿੰਗਮ, ਸੈਨ ਫਰਾਂਸਿਸਕੋ ਨੂੰ ਜੋੜਨ ਲਈ ਹੋਰ ਵਾਧੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਏਅਰ ਇੰਡੀਆ ਨੇ 40 ਹਫਤਾਵਾਰੀ ਉਡਾਣਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ ਹੋਣ ਮਜ਼ਬੂਤ ਕੀਤਾ ਹੈ। ਇਹ ਅੰਤਰਰਾਸ਼ਟਰੀ ਹਵਾਵਾਜ਼ੀ ਦੇ ਨਕਸ਼ੇ ਤੇ ਇੱਕ ਸ਼ਲਾਘਾਯੋਗ ਉਪਰਾਲਾ ਹੋਏਗਾ। ਹੁਣ ਇਹਨਾਂ ਤਿੰਨ ਗਲੋਬਲ ਮੰਜ਼ਲਾਂ ਲਈ ਵਾਧੂ ਉਡਾਣਾ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਪੜਾਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾਣਗੀਆਂ ਯੂਕੇ ਬਰਮਿੰਗਮ ਲਈ ਹਰ ਹਫ਼ਤੇ ਵਿੱਚ 5 ਵਾਧੂ ਉਡਾਣਾ ਲੰਡਨ ਲਈ 9 ਵਾਧੂ ਉਡਾਣਾ ਅਤੇ ਸਾਨ ਫਰਾਂਸਿਸਕੋ ਕੈਲੀਫੋਰਨੀਆ ਅਮਰੀਕਾ ਲਈ 에ਅਰ ਇੰਡੀਆ ਹਫ਼ਤੇ ਵਿੱਚ 6 ਵਾਧੂ ਉਡਾਣਾ ਪਵੇਗੀ ਜਿਸ ਨਾਲ ਗਾਹਕਾਂ ਨੂੰ ਹਰ ਹਫ਼ਤੇ 5000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਏਗਾ ਅਤੇ ਜਿਸ ਵਿੱਚ ਕਨੈਕਟੀਵਿਟੀ ਸਹੂਲਤ ਅਤੇ ਕੈਬਨ ਸਪੇਸ ਦੇ ਮਾਮਲੇ ਵਿੱਚ ਕਾਫੀ ਵਿਕਲਪ ਯਕੀਨੀ ਬੜਾਏਗੀ ਇਸ ਤੋਂ ਇਲਾਵਾ ਬਰਿੰਗਮ ਨੂੰ ਹਰ ਹਫਤੇ ਪੰਜ ਬਾਦੂ ਉਡਾਣਾ ਮਿਲਣਗੀਆਂ ਤਿੰਨ ਦਿੱਲੀ ਤੋਂ ਅਤੇ ਦੋ ਬਾਦੂ ਅੰਮ੍ਰਿਤਸਰ ਤੋਂ ਲੰਡਨ ਨੂੰ ਨੌ ਬਾਦੂ ਹਫਤਾਵਾਰੀ ਉਡਾਣਾ ਮਿਲਣਗੀਆਂ ਜਿਨ੍ਹਾਂ ਵਿੱਚੋਂ ਪੰਜ ਬੰਬਈ ਤੋਂ ਤਿੰਨ ਦਿੱਲੀ ਤੋਂ ਅਤੇ ਇੱਕ ਆਂਧਾਵਾਦ ਤੋਂ ਗੁਜਰਾਤ ਤੋਂ ਵੀ ਇੱਕ ਕੁੱਲ ਮਿਲਾ ਕੇ 7 ਭਾਰਤੀ ਸ਼ਹਿਰਾਂ ਵਿੱਚ ਹੁਣ ਯੂਕੇ ਦੀ ਰਾਜਧਾਨੀ ਲਈ 에ਅਰ ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ ਹੋਣਗੀਆਂ 에ਅਰ ਇੰਡੀਆ ਹੁਣ ਬੰਬਈ ਨੂੰ ਸੈਨ ਫਰਾਂਸਿਸਕੋ ਅਮਰੀਕਾ ਦੇ ਨਾਲ ਹਫ਼ਤਾਵਾਰੀ 3 ਵਾਰ ਸੇਵਾ ਨਾਲ ਜੋੜੇਗਾ ਅਤੇ 10 ਵਾਲ ਹਫਤਾਵਾਰੀ ਬੈਂਗਲੁਰੂ ਆਪਰੇਸ਼ਨ ਨੂੰ ਬਹਾਲ ਕਰੇਗਾ 에어 ਇੰਡੀਆ ਦੀ ਇਹ ਪੇਸ਼ਕਸ਼ ਸਾਨ ਫਰਾਂਸਿਸਕੋ ਨੂੰ 10 ਤੋਂ 16 ਸਤੰਬਰ ਤੱਕ ਲੈਂਦੀ ਹੈ ਜੋ ਦਿੱਲੀ, ਬੰਬਈ, ਬੈਂਗਲੁਰੂ ਤੋਂ ਨੌਨ-ਸਟਾਪ ਸੇਵਾ ਦੇ ਨਾਲ ਜੁੜੇਗੀ। ਇਸ ਵਿੱਚ 에어 ਇੰਡੀਆ ਨੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਹੋਰ ਅੰਤਰਰਾਸ਼ਟਰੀ ਸਥਾਨਾਂ ਤੱਕ ਸੰਪਰਕ ਵਿੱਚ ਸੁਧਾਰ ਕਰਨਾ ਆਪਣਾ ਇੱਕ ਮਹੱਤਵਪੂਰਨ ਫੋਕਸ ਕਾਇਮ ਕੀਤਾ ਹੈ। ਯੂਐਸ ਅਤੇ ਯੂਕੇ ਵਿੱਚ ਵੱਡੀ ਬਰਾਬਰਤਾ ਦੇ ਨਾਲ ਵਧਾ ਨਾਲ ਹੀ ਨਵੀਆਂ ਸਿਟੀਜ਼ ਨੂੰ ਵੀ ਜੋੜੇਗਾ 에어ਕ੍ਰਾਫਟ ਦੇ ਕੈਬਨ ਇੰਟੀਰੀਅਰ ਨੂੰ ਜੋੜਨਾ ਟਾਟਾ ਗਰੁੱਪ ਦੁਆਰਾ 에어 ਇੰਡੀਆ ਦੀ ਪ੍ਰਾਪਤੀ ਤੋਂ ਕੇਵਲ 10 ਮਹੀਨਿਆਂ ਬਾਅਦ ਇਹ ਫੈਸਲਾ ਲਿਆ ਗਿਆ ਜੋ 에어 ਇੰਡੀਆ ਦਾ ਇੱਕ ਸ਼ੁਰੂਆਤੀ ਵੱਡਾ ਕਦਮ ਹੋਏਗਾ ਨਵੇਂ ਜਹਾਜ਼ਾਂ ਨੂੰ ਲੀਜ਼ ਤੇ ਦੇਣ ਦੇ ਨਾਲ-ਨਾਲ 에어 ਇੰਡੀਆ ਮੌਜੂਦਾ नैरो ਬਡੀ ਅਤੇ 22 ਬੋਡੀ ਜਹਾਜ਼ਾਂ ਨੂੰ ਆਪਰੇਟਿੰਗ ਫਲਾਈਟ ਵਿੱਚ ਬਹਾਲ ਕਰਨ ਲਈ ਕੰਮ ਕਰ ਰਹੀ ਹੈ ਏਸ ਹਨ ਇਸ ਹਫਤੇ ਦੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਅਗਲੇ ਹਫਤੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ ਇਮੀਗ੍ਰੇਸ਼ਨ ਦੀ ਕਿੰਨੀ ਸਾਰੀ ਜਾਣਕਾਰੀ ਲੈ ਕੇ ਬਰਨਕੌਰ ਮਾਨ ਨੂੰ ਦਿਓ ਆ ਗਿਆ ਤੇ ਸਾਡਾ YouTube ਚੈਨਲ ਹੈ ਜੀ ਪੰਜਾਬ ਮੇਲ USA TV ਦੇ ਨਾਮ ਦੇ ਨਾਲ ਉਸ ਨੂੰ ਕਰ ਦਿਓ ਸਬਸਕ੍ਰਾਈਬ ਸਾਸ਼ਟ੍ਰੀਆ ਕਾਲ ਸ਼ੁਕਰੀਆ